بسم اللہ الرحمن الرحیم السلام علیکم پاکستان وچ اج فون تے گل ہو رہی سی پتہ چلیا کہ جڑیاں بارشاں پئیاں نا انہاں دی وجہ نا پاکستان دے وچ گندم دی فصل دا کافی نقصان ہویا پنجاب دے کئی علاقےاں چوں لوکاں نے پوسٹاں شیئر کیتیاں فیس بک دے تے سوشل میڈیا دے تے کہ اجڑیاں بارشاں پئیاں طوفان اور گڑے جڑے پئے آ انہاں نے گندم دی فصل دا کافی نقصان کیتا اللہ تعالی ਸਾڈے ملک تے رحم فرمائے پہلے پاکستان دے وچ ਗੰਧਮ ਦਾ ਕਾਲ ਪਿਆ ਆ ਲੋਕ ਜਿਹੜੇ ਆਟਾ ਹਾਸਲ ਕਰਨ ਵਾਸਤੇ ਲਾਈਨਾਂ 'ਚ ਖੜੇ ਆ ਔਰ ਪਾਕਿਸਤਾਨ ਦੀ ਜਿਹੜੀ ਗੰਧਮ ਆ ਜ਼ਿਕਰ ਹੰਦੂਜ਼ਾਂ ਨੇ ਉਹ ਖਰਾਬ ਕਰ ਰਾਇਆ ਗਦਾਮਾਂ ਦੇ ਵਿੱਚ ਗੰਧਮ ਪਈ ਆ ਲੇਕਿਨ ਇਹਨਾਂ ਦਾ ਹਿਰਸ ਇਹਨਾਂ ਦਾ ਲਾਲਚ ਉਹ ਖਤਮ ਨਹੀਂ ਹੋ ਰਿਹਾ ਪਹਿਲੇ ਤੇ ਸੁਣਦੇ ਹੁੰਦੇ ਸੀ ਕਿ ਪਾਕਿਸਤਾਨ ਦੇ ਵਿੱਚ ਚੋਰ ਡਾਕੂ ਜਿਹੜੇ ਆ ਉਹ ਸੋਨਾ ਜ਼ਿਵਰਾਤ ਪੈਸਾ ਲੁੱਟਦੇ ਆ ਹੁਣ ਹਾਲਾਤ ਇਹਨਾਂ ਹੁਕਮਰਾਨਾਂ ਨੇ ਇਹਨਾਂ ਅਦਾਰਿਆਂ ਨੇ ਇਹ ਕਰਤੇ ਆ ਕਿ ਲੋਕ ਜਿਹੜੇ ਆਟਾ ਲੁੱਟਣ ਲੱਪੇ ਕਈ ਇਲਾਕਿਆਂ ਤੋਂ ਇਹ ਰਿਪੋਰਟ ਆਈ ਆ ਕਿ ਲੋਹਾਂ ਨੇ ਆਟੇ ਦਾ ਟਰੱਕ ਜਾ ਰਿਹਾ ਸੀ ਉਹਦੇ ਉੱਤੇ ਦਾਵਾ ਬੋਲਿਆ ਔਰ ਆਟਾ ਖੋ ਕੇ ਲਾ ਗਿਆ ਅੱਲਾਹ ਤਾਲਾ ਸਾਡੇ ਮੁਲਕ ਤੇ ਰਹਿਮ ਕਰੇ ਪਾਕਿਸਤਾਨੀਓ ਜਦੋਂ ਵੀ ਕਿਸੇ معاشਰੇ ਦੇ ਵਿੱਚ ਜ਼ੁਲਮ ਔਰ ਨਾ ਇਨਸਾਫੀ ਹੱਤੋਂ ਜ਼ਿਆਦਾ ਵਧ ਜਾਂਦੀ ਨਾ ਉਸ معاشਰੇ ਦੇ ਉੱਤੇ ਅੱਲਾਹ ਤਾਲਾ ਦਾ ਅਜ਼ਾਬ ਆ ਜਾਂਦਾ ਪਾਕਿਸਤਾਨ ਦੇ ਵਿੱਚ ਕਿੰਨਾ ਜ਼ੁਲਮ ਹੋ ਰਿਹਾ ਕਿੰਨੀ ਨਾ ਇਨਸਾਫੀ ਹੋ ਰਹੀ ਹੈ ਸਾਨੂੰ ਦੂਸਰੇ ਮੁਆਲਕ ਦੀਆਂ ਰਿਪੋਰਟਾਂ ਦੇਖਣ ਦੀ ਜ਼ਰੂਰਤ ਨਹੀਂ ਦੂਸਰੇ ਮੁਆਲਕ ਦੇ ਜਿਹੜੇ ਸਿਆਸਤਦਾਨ ਉਹਨਾਂ ਦੀਆਂ ਆਰਗੇਨਾਈਜੇਸ਼ਨਜ਼ ਉਹਨਾਂ ਦੀਆਂ تنزیما ਮਨ ਰਾਈਟਸ ਦੇ ਜਿਹੜੇ ਲੋਕ ਆ ਉਹ ਕੀ ਗੱਲਾਂ ਕਰ ਰਹੇ ਆ ਉਹਨਾਂ ਨੂੰ ਟੈਕਸਾਈਡ ਤੇ ਕਰ ਦਿਓ ਪਾਕਿਸਤਾਨ ਚ ਕਿੰਨਾ ਜ਼ੁਲਮ ਔਰ ਨਾ ਇਨਸਾਫੀ ਹੋ ਰਹੀ ਆ ਪਾਕਿਸਤਾਨ ਦੇ ਲੋਕਾਂ ਤੋਂ ਪੁੱਛੋ ਅਦਾਲਤਾਂ ਦੇ ਬਾਹਰ ਜਾ ਕੇ ਜਿਹੜੇ ਗਰੀਬ ਆਵਾਮ ਟਕੇ ਖੜੇ ਆ ਇਨਸਾਫ ਦੀ ਖਾਤਰ ਉਹਨਾਂ ਨੂੰ ਪੁੱਛੋ ਪਾਕਿਸਤਾਨ ਦੀ ਕੌਮ ਦੀ ਹਾਲਤ ਦੇਖੋ ਕਿ ਅੱਜ ਇੱਕ ਮਿਡਲ ਕਲਾਸ ਦਾ ਤਬਕਾ ਔਰ ਜਿਹੜੀ ਗਰੀਬ ਆਵਾਮ ਆ ਉਹ ਕਿਦਾਂ ਜ਼ਿੰਦਗੀ ਬਿਸਰ ਕਰ ਰਹੀ ਹੈ ਫਿਰ ਤੁਹਾਨੂੰ ਪਤਾ ਹੋਊਗਾ ਇਹ ਜਿਹੜੇ ਵੱਡੇ ਵੱਡੇ ਸਿਆਸਤਦਾਨ ਆ ਬਿਆਨات ਦਿੰਦੇ ਆ ਯਕੀਨ ਜਨੋ ਇਹਨਾਂ ਦੇ ਦਿਲ ਤੇ ਖਾਜ ਵੀ ਨਹੀਂ ਕਿਉਂਕਿ ਇਹਨਾਂ ਦਾ ਕਿਹੜਾ ਕੋਈ ਨ ਇਹਨਾਂ ਨੇ ਤੇ ਆਪਦਾ ਸਾਰਾ ਕੁਝ ਬਾਹਰ ਰੱਖਿਆ ਆ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਅਫਸਰਾਨ ਆ 40-40 ਸਾਲ ਸਰਵਿਸ ਕਰਦੇ ਆ ਉਹਨਾਂ ਨੇ ਸਾਰਾ ਇੰਤਜ਼ਾਮ ਪਹਿਲੇ ਹੀ ਬਾਹਰ ਕੀਤਾ ਹੁੰਦਾ ਉਹਨਾਂ ਦੀ ਤਨਖਾਹ ਦੇਖ ਲਓ ਔਰ ਫਿਰ ਉਹਨਾਂ ਦੀ ਤਨਖਾਹ ਨਾਲ ਉਹਨਾਂ ਦਾ ਮੁਆਵਜ਼ਨਾ ਕਰੋ ਕਿ ਉਹਨਾਂ ਦੇ ਬੱਚੇ ਦੁਨੀਆ ਦੀਆਂ ਟੌਪ ਯੂਨੀਵਰਸਿਟੀਆਂ 'ਚ ਜਾ ਕੇ ਪੜ੍ਹਦੇ ਆ ਉਹਨਾਂ ਨੇ ਬਾਹਰ ਜਾਦਾਤਾਂ ਬਣਾਈਆਂ ਜਾਂ ਕਾਰੋਬਾਰ ਬਣਾਏ ਹੋਏ ਆ ਉਹ ਕਿੱਥੋਂ ਪੈਸਾ ਆ ਰਿਹਾ ਪਾਕਿਸਤਾਨੀਆਂ ਨੂੰ ਸਾਫ਼ ਪਤਲ ਚੱਲ ਰਿਹਾ ਕਿ ਬੇਈਮਾਨੀ ਕ੍ਰਪਸ਼ਨ ਦਾ ਪੈਸਾ ਆ ਔਰ ਫਿਰ ਆਪਦੇ ਮੁਲਕ ਚ ਆਣ ਕੇ ਇਹ ਬੜੇ ਪਾਕਿਸਤਾਨ ਦੇ ਨਾਰੇ ਲਾਉਂਦੇ ਆ ਬੜੇ ਆਪਦੇ ਜਜ਼ਬਾਤ ਦਾ اظہار ਕਰਦੇ ਆ ਸਾਡੇ ਸਿਆਸਤਦਾਨ ਦੇਖ ਲਓ ਸਾਡੇ ਅਫਸਰ ਦੇਖ ਲਓ ਲੋਕਾਂ ਨੂੰ ਇਹਨਾਂ ਨੇ ਕਿਸ ਪਾਸੇ ਲਾਇਆ 75 ਸਾਲਾਂ ਤੋਂ ਲੋਕਾਂ ਨੇ ਲੋਕਾਂ ਨੂੰ ਇਹਨਾਂ ਨੇ ਲਾਇਆ ਹੈ ਅਮਰੀਕਾ ਮੁਰਦਾਬਾਰ ਦੇ ਨਾਲੇ ਲਾਉਣ ਅੰਗਰੇਜ਼ਾਂ ਦੇ ਖਿਲਾਫ ਇਹਨੇ ਬਿਆਨات ਦੇਣ ਹੈ ਜੀ ਔਰ ਆਪ ਇਹ ਸਿਆਸਤਦਾਨ ਔਰ ਇਹਨਾਂ ਅਫਸਰਾਂ ਦੀ ਮਨਾਫਕਤ ਤੁਸੀਂ ਦੇਖੋ ਕਿ ਉਹਨਾਂ ਦੇ ਮੁਲਕਾਂ ਚ ਜਾ ਕੇ ਇਹ ਰਹਿੰਦੇ ਆ ਯਾਨੀ ਜਿਹੜੀ ਪਬਲਿਕ ਆ ਆਵਾਮ ਆ ਉਹਨੂੰ ਉल्लू ਬਣਾਇਆ ਆ ਇਦਾਂ ਦੇ ਨਾਰੇ ਲਵਾ ਕੇ ਕਿ ਉਹ ਆਪਸ ਵਿੱਚ ਲੜਾ ਕੇ ਨਾਰੇ ਲਵਾ ਕੇ ਔਰ ਆਪ ਇਹ ਜਿੰਨੇ ਸਿਆਸਤਦਾਨ ਆ ਇਹਨਾਂ ਦਾ ਅਮਲ ਦੇਖੋ ਇਹਨਾਂ ਦੇ ਕਾਲ ਫੇਲ ਚ ਹੀ ਤਜਾਦ ਆ ਆਪ ਇਹਨਾਂ ਦਾ ਅਮਲ ਦੇਖੋ ਆਪ ਇਹਨਾਂ ਦੇ ਬੱਚੇ ਬਾਹਲੇ ਮੁਲਕਾਂ ਦੀਆਂ ਯੂਨੀਵਰਸਿਟੀਆਂ ਜਾ ਕੇ ਪੜ੍ਹਦੇ ਆ ਉੱਥੋਂ ਹੀ ਇਲਾਜ ਕਰਾਉਂਦੇ ਆ ਉੱਥੇ ਹੀ ਇਹਨਾਂ ਦੇ ਕਾਰੋਬਾਰ ਆ ਉੱਥੇ ਜਾ ਕੇ ਇਹ ਆਪਦੀ ਰਿਟਾਇਰਮੈਂਟ ਤੋਂ ਬਾਅਦ ਉੱਥੇ ਜਾ ਕੇ ਰਹਿੰਦੇ ਆ ਔਰ ਆਵਾਮ ਨੂੰ ਕਿਹੜੇ ਚੱਕਰਾਂ ਚ ਲਾਇਆ ਆ ਅੱਜ ਕਸ਼ਮੀਰ ਦੀਆਂ ਅਸੀਂ ਗੱਲਾਂ ਕਰਦੇ ਆ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋ ਗਾਇਆ ਉਹ ਕਸ਼ਮੀਰ ਨਾਲੋਂ ਮੁxtਲਫ ਨਹੀਂ ਅੱਜ ਤੁਸੀਂ ਦੇਖੋ ਕਿ ਆ ਖਾਸ ਤੌਰ ਤੇ ਰਜਿਮ ਚੇ ਕਿ ਜਿਹੜੇ ਲੋਗ ਆ ਝੂਠੇ ਉਹਨਾਂ ਤੇ ਪਰਚੇ ਹੋ ਰਹਾ ਹੈ ਮਾਰ ਕਟਾਈ ਤਸ਼ੱਦਦ ਸਾਹਫੀਆਂ ਦੇ ਉੱਤੇ ਤਸ਼ੱਦਦ ਔਰ ਸਾਰੀਆਂ ਜਮਾਤਾਂ ਇਹ ਕਹਿ ਰਹੀਆਂ ਕਿ ਯਾਰ ਇਹ ਚੀਜ਼ ਪਾਕਿਸਤਾਨ ਦਾ ਸਾਡਾ ਇੱਕ ਕਲਚਰ ਤੇ ਨਹੀਂ ਹੈਗਾ ਪਾਕਿਸਤਾਨ ਚ ਪਹਿਲੇ ਵੀ ਲੋਕ ਸ਼ਾਸਤ ਕਰਦੇ ਹੀ ਸੀਗੇ ਪਹਿਲੇ ਵੀ ਲੋਕ ਜਿਹੜੇ ਆ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀ ਕਰਦੇ ਪਰ ਜਿੱਦਾਂ ਦੇ ਹੁਣ ਸੂਰਤ ਹਾਲ ਹੋ ਗਈ ਹੈ ਰਜਿਮ ਚੇਂਜ ਤੋਂ ਬਾਅਦ ਇਹ ਦੇ ਪਾਕਿਸਤਾਨ ਦੇ ਵਿੱਚ ਨਵੀਂ ਚੀਜ਼ ਹੀ ਆਈ ਹੈ ਕਿ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਵਾਸਤੇ ਲੋਕ ਤਿਆਰ ਨਹੀਂ ਹੈਗੇ ਇੰਨਾ ਜ਼ੁਲਮ ਔਰ ਨਾ ਇਨਸਾਫੀ ਜਦੋਂ ਪਾਕਿਸਤਾਨੀ ਵਿੱਚ ਵਧ ਜਾਂਦੀ ਹੈ ਨਾ ਉਸ قوم ਦੇ ਉੱਤੇ ਅੱਲਾਹ ਤਾਲਾ ਦਾ ਅਜ਼ਾਬ ਆ ਜਾਂਦਾ ਹੁਣ ਆ ਜਿਹੜੇ ਹਾਲਾਤ ਹੋਇਆ ਦੇਖੋ ਕਿ ਗੰਧਮ ਦਾ ਜਿਹੜਾ ਕਿੰਨਾ ਨੁਕਸਾਨ ਹੋਇਆ بارشਾਂ ਦੀ وجہ ਨਾਲ ਗੜੇ ਪਏ ਆ ਤੂਫਾਨ ਖੜੀ ਖੜੋਤੀ ਫਸਲ ਜਿਹੜੀ ਆ ਉਹ ਲੰਮੀ ਪੈ ਗਈ ਆ ਕਈਆਂ ਜਗ੍ਹਾ ਤੇ ਉੱਤੋਂ ਸਿੱਟੇ ਜਿਹੜੇ ਨੇ ਗੰਧਨ ਦੇ ਉਹ ਟੁੱਟ ਗਏ ਪਹਿਲੇ ਗੰਧਮ ਨਹੀਂ ਮਿਲ ਰਹੀ ਪਾਕਿਸਤਾਨ ਜਾ ਆਟਾ ਨਹੀਂ ਮਿਲ ਰਿਹਾ ਔਰ ਮਹਿੰਗਾਈ ਕਿੰਨੀ ਹੋ ਗਈ ਆ ਉਤੋਂ ਇਹ ਹੋਰ ਅੱਲਾਹ ਵਾਜ਼ ਦੀ ਤਰਫੋਂ ਇਹ ਚੀਜ਼ਾਂ ਆ ਗਈਆਂ ਸਾਨੂੰ ਇجتماਹੀ ਤੌਰ ਤੇ ਪੂਰੀ ਕੌਮ ਨੂੰ ਸੋਚਣਾ ਚਾਹੀਦਾ ਔਰ ਇਕੱਠੇ ਹੋ ਕੇ ਇਸ ਜ਼ੁਲਮ ਦੇ ਨਿਜ਼ਾਮ ਦੇ ਖਿਲਾਫ ਆਵਾਜ਼ ਉਠੋਣੀ ਚਾਹੀਦੀ ਹੈ ਇੱਕ ਕੱਲੇ ਬੰਦੇ ਦਾ ਕੰਮ ਨਹੀਂ ਇੱਕ ਪ੍ਰਾਈਮ ਮਿਨਿਸਟਰ ਦਾ ਕੰਮ ਨਹੀਂ ਇੱਕ ادارے ਦਾ ਕੰਮ ਨਹੀਂ ਪਾਕਿਸਤਾਨ ਦੀ ਪੂਰੀ ਕੌਮ ਨੂੰ ਮਿਲ ਕੇ ਇਸ ਜ਼ੁਲਮ ਨਾ ਇਨਸਾਫੀ ਦੇ ਖਿਲਾਫ ਖੜੇ ਹੋਣਾ ਚਾਹੀਦਾ ਅਦਰਵਾਈਜ਼ ਸਾਡੇ ਮੁਲਕ ਦਾ ਕੋਈ ਫਿਊਚਰ ਨਹੀਂ ਦੇਖੋ ਅਸੀਂ ਪਾਕਿਸਤਾਨੀ ਜਿਹੜੇ ਮੇਨ ਸਾਡੇ ਮਸਾਇਲ ਹਨ ਅਸੀਂ ਉਹਨਾਂ ਦੇ ਉੱਤੇ ਤਾਂ ਤ توجہ ਨਹੀਂ ਦਿੰਦੇ ਅਸੀਂ ਜਿਹੜੇ ਛੋਟੇ ਮੋਟੀਆਂ ਚੀਜ਼ਾਂ ਵਾਂ ਉਹਨਾਂ ਦੇ ਉੱਤੇ ਅਸੀਂ ਸਾਰਾ ਦਿਨ ਲੜਾਈ ਝਗੜਾ ਕਰਦੇ ਰਹਿੰਦੇ ਹਾਂ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਇਸਲਾਮੀ ਸਕਾਲਰ ਡਾਕਟਰ ਇਸਰਾਰ احمد ਸਾਹਿਬ ਅੱਲਾਹ ਤਾਲਾ ਉਹਨਾਂ ਦੀ ਮਗਫਰਤ فرمਾਏ ਬੜੇ ਵੱਡੇ ਸਕਾਲਰ ਸੀਗੇ ਉਹ ਅਕਸਰ ਇਹ ਗੱਲ ਕਰਦੇ ਹੁੰਦੇ ਸੀ ਕਿ ਦੇਖੋ ਅਸੀਂ ਜਿਹੜੀ ਸਾਡੀ ਖਰਾਬੀ ਦੀ ਮੇਨ ਵਜਾ ਵਾ ਜਿਹੜੇ ਸਾਡੀਆਂ ਮੇਨ ਖਰਾਬੀਆਂ ਅਸੀਂ ਉਹਨਾਂ ਦੇ ਉੱਤੇ ਤੇ ਗੱਲ ਨਹੀਂ ਕਰਦੇ ਉਹ ਮਿਸਾਲ ਦਿੰਦੇ ਹੁੰਦੇ ਸੀ ਕਿ ਸੂਦ ਦੇਖੋ ਕਿੰਡੀ ਵੱਡੀ ਖਰਾਬੀ ਆ ਔਰ ਸਾਡੇ ਦੀਨ ਦੇ ਵਿੱਚ ਇਹ ਹੈਗਾ ਕਿ ਜਿਹੜਾ ਬੰਦਾ ਸੂਦੀ ਕਾਰੋਬਾਰ ਕਰਦਾ ਸੂਦ ਨਾਲ ਰਿਲੇਟਡ ਜਿਹੜੀ ਚੀਜ਼ਾਂ ਵਾ ਸੂਦੀ ਕਾਰੋਬਾਰ ਏ ਅੱਲਾਹ ਅੱਲਾ ਦੇ ਨਬੀ ਸੱਲੱਲਾਹੁ ਅਲੈਹ ਵਅਲੀਹ ਵਸੱਲਮ ਦੇ ਨਾਲ ਇਹ ਖੁੱਲੀ ਜਾੰਗਾ सूद ਜਿਹੜਾ ਇਹ ਅਸੀਂ ਸਾਡੇ ਮਾਜਰੇ ਚ ਸਾਰਾ ਸਾਡਾ ਸਿਸਟਮ ਸਾਡਾ ਨਿਜ਼ਾਮ ਸੂਦੀ ਆ ਔਰ ਸਾਡੇ ਜਿਹੜੇ ਮੌਲਵੀ ਹਜਰਾਤ ਆ ਉਹ ਛੋੜ ਛੋੜੇ ਜਿਹੜੇ ਫਰੂਈ ਮਸਾਇਲ ਆ ਉਹ ਆਵਾਮ ਨੂੰ ਉਹਨਾਂ ਦੇ ਵਿੱਚ ਉਲਝਾ ਰੱਖਿਆ ਯਾਨੀ ਜਦੋਂ ਸਾਡੀ ਮੈਹਸ਼ਤ ਜਿਹੜੀ ਆ ਉਹ ਖੜੀ सूद ਦੇ ਉੱਤੇ ਆ ਜਿਹੜਾ ਕਿ ਸਰਾਸਰ सूद ਜਿਹੜਾ ਉਹ ਹਰਾਮ ਆ ਤੇ ਉਸ ਵਾਸ਼ੀ ਵਿੱਚ ਬਰਕਤ ਕੀ ਆਉਣੀ ਆ ਔਰ ਅਸੀਂ ਛੋਟੇ ਛੋਟੇ ਜਿਹੜੇ ਫਰੂਈ ਮਸਾਲਾ ਉਹਨਾਂ ਦੇ ਉੱਤੇ ਲਾਣ ਚ ਘਣ ਲੱਗੇ ਹੋਏ ਆ ਇਸੇ ਤਰੀਕੇ ਨਾਲ ਤੁਸੀਂ ਦੇਖੋਗੇ ਜਿਹੜੇ ਸਾਡੇ ਇਸ ਟਾਈਮ ਮੇਨ ਇਸ਼ੂਜ਼ ਹੈਗੇ ਆ ਯਾਨੀ ਮਹਿੰਗਾਈ ਆ ਗੁਰਬਤ ਆ ਲਾ ਕਾਨੂੰਨੀਤਾ ਕੋਈ ਕਾਨੂੰਨੀ ਹੈਗਾ ਪਾਕਿਸਤਾਨ ਚ ਫਿਰ ਪਾਕਿਸਤਾਨ ਦੇ ਵਿੱਚ ਅਮੀਰ ਔਰ ਗਰੀਬ ਲਈ ਕਾਨੂੰਨ ਇੱਕ ਨਹੀਂ ਹੈਗਾ ਨਾ ਇਨਸਾਫੀ ਆ ਜਿਹੜੇ ਵੱਡੇ ਵੱਡੀਆਂ ਇਸ਼ੂਜ਼ ਆ ਇਹਨਾਂ ਦੇ ਉੱਤੇ ਤਾਂ ਅਸੀਂ ਗੱਲ ਨਹੀਂ ਕਰ ਰਹੇ ਔਰ ਆਵਾਮ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹਾ ਸਿਆਸਤਦਾਨ ਵੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹਾ ਔਰ ਕੋਈ ਸਿਰ ਪੈਰ ਨਹੀਂ ਕਿਸੇ ਗੱਲ ਦਾ ਵੀ ਕਿੱਥੋਂ ਸ਼ੁਰੂ ਕਰਨਾ ਕਿੱਥੇ ਖਤਮ ਕਰਨਾ ਜਦੋਂ ਮਾਜਰੇ ਦੇ ਵਿੱਚ ਇੰਨਾ ਜ਼ੁਲਮ ਹੋ ਰਿਹਾ ਹੋਵੇ ਉੱਥੇ ਅੱਲਾਹ ਤਾਲਾ ਦੀ ਬਰਕਤ ਨਹੀਂ ਹੁੰਦੀ ਪਾਕਿਸਤਾਨੀਓ ਆ ਹੁਣ ਤੁਰਕੀ ਦੇ ਵਿੱਚ ਜ਼ਲਜ਼ਲਾ ਆਇਆ ਨਾ ਪਿਛਲੇ ਦਿਨਾਂ 'ਚ ਤੇ ਪੂਰੀ ਦੁਨੀਆ ਨੇ ਤੁਰਕੀ ਦੀ ਬੜੀ ਅਮਦਦ ਕੀਤੀ ਯੂਰਪੀਅਨ ਮਾਲਕ ਨੇ ਵੀ ਅਮਰੀਕਾ ਨੇ ਵੀ ਹੋਰ ਦੀਰ ਮਾਲਕ ਨੇ ਇਸਲਾਮੀ ਮਾਲਕ ਨੇ ਵੀ ਬੜਾ ਯਾਨੀ ਖਿਆਲ ਕੀਤਾ ਤੁਰਕੀ ਦਾ ਅਸਰੀਆ ਦਾ ਲੇਕਿਨ ਤੁਸੀਂ ਕਦੀ ਨਹੀਂ ਸੁਣੋਗੇ ਕਿ ਤੁਰਕੀ ਦੇ ਕਿਸੇ ਪੋਲੀਟਿਸ਼ੀਅਨ ਨੇ ਉਹ امداد ਜਿਹੜੀ ਆਈ ਆ ਤੁਰਕੀ ਦੇ ਆਵਾਮ ਦੀ ਫਲਾ ਮਹਿਬੂਦ ਲਈ ਉਹ امداد ਚੱਕ ਕੇ ਤਾਂ ਆਪਦੇ ਜਾ ਕੇ ਕਿਤੇ ਉਹਨਾਂ ਨੇ ਮਹੱਲ ਬਣਾ ਲਿਆ ਹੁਣ ਆਪਦੀ ਜਾਇਦਾਦ ਬਣਾ ਲਈ ਹੋਵੇ ਆਪ ਦਾ ਕੋਈ ਕਾਰੋਬਾਰ ਲੈ ਲਿਆ ਹੋਵੇ ਤੁਸੀਂ ਇਹ ਨਹੀਂ ਸੁਣੋਗੇ ਲੇਕਿਨ ਪਾਕਿਸਤਾਨ ਦੇ ਵਿੱਚ ਆ ਜਿਹੜਾ ਹੁਣ ਸਲਾਬ ਆਇਆ ਸੀਗਾ ਪਾਕਿਸਤਾਨ ਦੇ ਕਈ ਇਲਾਕੇ ਜਿਹੜੇ ਉਸ ਸਲਾਬ ਨਾਲ ਡੁੱਬ ਗਏ ਲੇਕਿਨ ਦੁਨੀਆ ਨੇ ਜਿਹੜੇ ਪੈਸੇ ਦੀ امداد ਕੀਤੀ ਆਟਾ ਖੈਮੇ ਦਵਾਈਆਂ ਚੀਜ਼ਾਂ ਆਈਆਂ ਉਹ ਇਨਵਰਡੇ ਰੈਂਟੋਂ ਇਹਨਾਂ ਦੇ ਇਹਨਾਂ ਲੋਕਾਂ ਤੋਂ ਜਿਹੜੇ ਆ ਉਹਨਾਂ ਦੇ ਡੇਰਿਆਂ ਤੋਂ ਨਿਕਲ ਰਹੀਆਂ ਸੀ ਬਰਾਮਦ ਹੋ ਰਹੀਆਂ ਸੀ ਉਹ ਅਮਦاد ਵੀ ਇਹਨਾਂ ਨੇ ਸਹੀ ਪੂਰੀ ਸਾਲਮ ਉਹ ਗਰੀਬਾਂ ਤੱਕ ਨਹੀਂ ਪਹੁੰਚਾਈ ਪੂਰੀ ਦੁਨੀਆ ਚੀਜ਼ਾਂ ਨਹੀਂ ਦੇਖ ਰਹੀ ਸੋਸ਼ਲ ਮੀਡੀਆ ਦਾ ਦੌਰ ਆ ਔਰ ਫਿਰ ਦੁਨੀਆ ਕਿਉਂ ਡੀਲ ਕਰੂਗੀ ਕਿਉਂ ਸਾਡੇ ਹੁਕਮਰਾਨਾਂ ਦੇ ਉੱਤੇ ਇਤਮਾਦ ਕਰੂਗੀ ਦੁਨੀਆ ਯਾਨੀ ਅਸੀਂ ਉਹ ਕੌਮਾਂ ਜਿਹੜੀ ਕਿ ਗਰੀਬਾਂ ਦੀ ਅਮਦاد ਜਿਹੜੀ ਆ ਉਹ ਚੋਰੀ ਕਰਕੇ ਉਹ ਵੀ ਨਹੀਂ ਛੱਡਦੇ ਤੇ ਉਸ معاشਰੇ ਦੇ ਉੱਤੇ ਫਿਰ ਅੱਲਾਹ ਤਾਲਾ ਦਾ ਅਜ਼ਾਬ ਨਹੀਂ ਆਉਣਾ ਤਾਂ ਹੋਰ ਕੀ ਆਉਣਾ ਅੱਜ ਤੁਸੀਂ ਦੇਖੋਗੇ ਗਰੀਬ ਆਟੇ ਵਾਸਤੇ ਲੈਣਾ ਚ ਲੱਗੀ ਹੋਇਆ ਮਹਿੰਗਾਈ ਗੁਰਬਤ ਵਧ ਰਹੀ ਹੈ ਔਰ ਉਤੋਂ ਦੇਖ ਲੋ ਕਿ ਸਾਡੀਆਂ ਫਸਲਾਂ ਜਿਹੜੀਆਂ ਉਹ ਖਰਾਬ ਹੋ ਰਹੀਆਂ ਇਹ ਇجتماਹੀ ਤੌਰ ਤੇ ਪੂਰੀ ਕੌਮ ਨੂੰ ਅੱਲਾਹ ਤਾਲਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਇਸ ਜ਼ੁਲਮ ਦੇ ਖਿਲਾਫ ਪੂਰੀ ਕੌਮ ਨੂੰ ਖੜੇ ਹੋ ਜਾਣਾ ਚਾਹੀਦਾ ਤੁਸੀਂ ਕਿਸੇ ਵੀ ਸਿਆਸੀ ਜਮਾਤ ਨਾਲ ਤੁਹਾਡਾ ਤਾਲਕਾ ਤੁਹਾਡੇ ਨਜ਼ਰੀਏ ਕੁਝ ਵੀ ਹੈਗੇ ਆ ਤੁਸੀਂ ਪਾਕਿਸਤਾਨ ਦੇ ਕਿਸੇ ਵੀ ਇਲਾਕੇ ਦੇ ਆ ਤੁਹਾਡੀ ਰੰਗ ਨਸਲ ਜ਼ਬਾਨ ਕੋਈ ਵੀ ਆ ਲੇਕਿਨ ਜ਼ੁਲਮ ਨਾ ਇਨਸਾਫੀ ਦੇ ਖਿਲਾਫ ਪੂਰੀ ਕੌਮ ਨੂੰ ਖੜੇ ਹੋਣਾ ਚਾਹੀਦਾ ਇਹ ਇੱਕ ਬੰਦੇ ਦਾ ਕੰਮ ਨਹੀਂ ਔਰ ਨਾ ਇਹ ਵਿਗੜਿਆ ਮਾਸ਼ਰਾ ਇੱਕ ਬੰਦਾ ਠੀਕ ਹੀ ਕਰ ਸਕਦਾ ਅਸੀਂ ਕਹਿੰਦੇ ਨਾ ਹਾਂਜੀ ਇਮਰਾਨ ਖਾਨ ਪ੍ਰਾਈਮ ਮਿੰਿਸਟਰ ਬਣ ਗਿਆ ਸਰਾਜਲ ਹੱਕ ਬਣ ਗਿਆ ਨਵਾਜ਼ ਸ਼ੀਫ ਆ ਗਿਆ ਫਲਾਨਾ ਆ ਗਿਆ ਜੀ ਫਲਾਨੀ ਪਾਰਟੀ ਪਾਵਰ ਚ ਆ ਗਈ ਉਹ ਪਾਈ ਕੁਛ ਨਹੀਂ ਹੋਣਾ ਜੇ ਇਸ ਮਾਸ਼ਰੇ ਚ ਜ਼ੁਲਮ ਔਰ ਨਾ ਇਨਸਾਫੀ ਆ ਉਹ ਮਾਸ਼ਰਾ ਠੀਕ ਹੋ ਹੀ ਨਹੀਂ ਸਕਦਾ ਪੂਰੀ ਕੌਮ ਨੂੰ ਖੜੇ ਹੋ ਕੇ ਜ਼ੁਲਮ ਨਾ ਇਨਸਾਫੀ ਖਤਮ ਕਰਨੀ ਚਾਹੀਦੀ ਆ ਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਹੋਣ ਦੇਣੀਆਂ ਮਾਸ਼ਰੇ 'ਚ ਬਾਕੀ ਪਾਰਟੀ ਕੋਈ ਵੀ ਪਾਵਰ ਚਾਵੇ ਠੀਕ ਹੈ ਇਹ ਦੇ ਪਾਕਿਸਤਾਨ ਦੀ ਪਬਲਿਕ ਦਾ ਹੈਗਾ ਨਾ ਹੱਕ ਕਿ ਲੋਕ ਜੇ ਕਿਸ ਵੀ ਜਮਾਤ ਨੂੰ ਵੋਟ ਦੇਣ ਉਹ ਆਣ ਕੇ ਆਪਣੀ ਹਕੂਮਤ ਬਣਾ ਲਵੇ ਲੇਕਿਨ ਜਦੋਂ ਜ਼ੁਲਮ ਇੰਨਾ ਹੋ ਰਿਹਾ ਅੱਜ ਦੇਖੋ ਮਾਸ਼ਰੇ 'ਚ ਕੀ ਹੋ ਰਿਹਾ ਝੂਠੇ ਪਰਚੇ ਕੱਟੇ ਜਾ ਰਹੇ ਆ ਤਸ਼ੱਦਦ ਹੋ ਰਿਹਾ ਵਾ ਜ਼ੁਲਮ ਨਾ ਇਨਸਾਫੀ ਸਾਫੀਆਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਆ ਯਾਨੀ ਅਜੀਬ ਇੱਕ ਤਰ੍ਹਾਂ ਦੀ ਫਸਤਾਈਤ ਆ ਅਜੀਬ ਇੱਕ ਤਰ੍ਹਾਂ ਦਾ ਇਹਨਾਂ ਨੇ ਸਿਸਟਮ ਬਣਾ ਦਿੱਤਾ ਕਿ ਜਿਹੜਾ ਕੋਈ ਸਾਫ਼ੀ ਬੋਲਦਾ ਉਹਨੂੰ ਨੰਗਾ ਕਰਕੇ ਕੁੱਟਣ ਲਾ ਪੈਂਦੇ ਆ ਜਿਹੜਾ ਕੋਈ ਸਿਆਸਤਦਾਨ ਬੋਲਦਾ ਉਹਨੂੰ ਕੁੱਟਣ ਲਾ ਪੈਂਦੇ ਆ ਜ਼ੁਲਮ ਬਰਬਰੀਅਤ ਜਦੋਂ ਮਾਸ਼ਰੇ 'ਚ ਇੰਨੀ ਵੱਧ ਜਵੇ ਤੇ ਉਹ ਮਾਸ਼ਰਾ ਪਾਕਿਸਤਾਨੀ ਉਹ ਤਬਾਹ ਹੋ ਜਾਂਦਾ ਸਾਨੂੰ ਅੱਲਾਹ ਤਾਲਾ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਜ਼ੁਲਮ ਔਰ ਨਾਇਨ ਇਨਸਾਫੀ ਦੇ ਖਿਲਾਫ ਪੂਰੀ ਕੌਮ ਨੂੰ ਖੜੇ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼